ਇਸ ਵਾਰ ਅਮਰੀਕਾ ਅਤੇ ਵੈਸਟ ਇੰਡੀਜ਼ ਵਿੱਚ ਹੋਣ ਵਾਲੇ T20 ਵਿਸ਼ਵ ਕੱਪ ਦੇ ਵਿੱਚ 20 ਟੀਮਾਂ ਹਿੱਸਾ ਲੈ ਰਹੀਆਂ ਹਨ। ਮੁਕਾਬਲੇ ਦੇ ਵਿੱਚ 5-5 ਟੀਮਾਂ ਨੂੰ 4 ਗਰੁੱਪਾਂ ਦੇ ਵਿੱਚ ਵੰਡਿਆ ਗਿਆ ਹੈ। ਗਰੁੱਪ ਯਾਨੀ ਕਿ A, B, C, D ਅਤੇ ਪਹਿਲੇ ਗਰੁੱਪ ਯਾਨੀ ਕਿ A ਗਰੁੱਪ ਦੇ ਵਿੱਚ ਭਾਰਤ, ਪਾਕਿਸਤਾਨ, ਕੈਨੇਡਾ, ਆਇਰਲੈਂਡ ਅਤੇ ਅਮਰੀਕਾ ਨੂੰ ਰੱਖਿਆ ਗਿਆ ਹੈ। ਇਸ ਗਰੁੱਪ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਅਗਲੇ ਦੌਰ ਦੇ ਵਿੱਚ ਜਾਣ ਦੇ ਲਈ ਮਜ਼ਬੂਤ ਦਾਅਵੇਦਾਰ ਹਨ। ਭਾਰਤ ਨੇ ਦੱਸ ਦਈਏ ਕਿ 2007 ਦੇ ਵਿੱਚ T20 ਵਿਸ਼ਵ ਕੱਪ ਦਾ ਚੈਂਪੀਅਨਸ਼ਿਪ ਜਿੱਤਿਆ ਸੀ ਅਤੇ ਜਦੋਂ ਕਿ ਪਾਕਿਸਤਾਨ ਨੇ 2009 ਦੇ ਵਿੱਚ T20 ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਮ ਕੀਤਾ ਸੀ। ਤੇ ਜਿਵੇਂ ਕਿ ਹੁਣ ਵਿਸ਼ਵ ਕੱਪ 2 ਜੂਨ ਤੋਂ ਵੈਸਟ ਇੰਡੀਜ਼ ਅਤੇ ਅਮਰੀਕਾ ਦੇ ਵਿੱਚ ਖੇਡਿਆ ਜਾਵੇਗਾ ਤੇ ਰੋਹਿਤ ਸ਼ਰਮਾ ਭਾਰਤ ਦੇ ਵਿੱਚੋਂ ਕਪਤਾਨ ਵਜੋਂ ਟੀਮ ਦੀ ਅਗਵਾਈ ਕਰਨਗੇ, ਜਦਕਿ ਹਾਰਦਿਕ ਪੰਡਿਆ ਉਪ ਕਪਤਾਨ ਹੋਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਕਿ BCCI ਨੇ ਆਗਾਮੀ ICC T20 ਵਿਸ਼ਵ ਕੱਪ 2024 ਦੇ ਲਈ ਟੀਮ ਇੰਡੀਆ ਦੀ 15 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਤਾਂ ਦੱਸ ਦਈਏ ਕਿ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਦੇ ਵਿੱਚ ਜਿਹੜੇ ਸਾਰੇ ਹੀ ਟੀਮ ਮੈਂਬਰ ਨੇ ਮਜ਼ਬੂਤ ਅਤੇ ਤਜਰਬੇਕਾਰ ਅਤੇ ਨੌਜਵਾਨ ਖਿਡਾਰੀ ਹਨ ਜਿਹੜੇ ਕਿ ਟੂਰਨਾਮੈਂਟ ਦੇ ਵਿੱਚ ਮਹੱਤਵਪੂਰਨ ਪ੍ਰਭਾਵ ਪਾਉਣ ਦੇ ਲਈ ਤਿਆਰ ਹਨ। ਦੱਸ ਦਈਏ ਕਿ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਦੇ ਵਿੱਚ ਵਿਰਾਟ ਕੋਹਲੀ ਵਰਗੇ ਨੰਬਰ 1 ਬੱਲੇਬਾਜ਼ ਅਤੇ ਹਾਰਦਿਕ ਪੰਡਿਆ ਅਤੇ ਰਵਿੰਦਰ ਜਡੇਜਾ ਵਰਗੇ ਆਲਰਾਊਂਡਰ ਵੀ ਸ਼ਾਮਿਲ ਹਨ। ਤਾਂ ਹੁਣ ਤੁਹਾਨੂੰ ਦੱਸ ਦਿਆਂ T20 ਵਿਸ਼ਵ ਕੱਪ 2024 ਦੇ ਲਈ ਭਾਰਤ ਦਾ ਸਮਾਂ ਸਾਰਣੀ, ਮੈਚਾਂ ਦਾ ਸਥਾਨ ਅਤੇ ਸਮਾਂ। ਹੁਣ ਪਹਿਲਾਂ ਦੱਸ ਦਿਆਂ ਕਿ ਭਾਰਤ ਦੇ ਨਾਲ ਜਿਹੜਾ ਆਇਰਲੈਂਡ ਦਾ ਮੈਚ ਹੋਵੇਗਾ ਉਹ 5 ਜੂਨ ਨੂੰ ਨਿਊਯਾਰਕ ਦੇ ਵਿੱਚ ਰਾਤ 8 ਵਜੇ ਖੇਡਿਆ ਜਾਵੇਗਾ ਤੇ ਭਾਰਤ ਅਤੇ ਪਾਕਿਸਤਾਨ ਦਾ ਜਿਹੜਾ ਮੈਚ ਹੈ ਉਹ 9 ਜੂਨ ਨੂੰ ਨਿਊਯਾਰਕ ਦੇ ਵਿੱਚ 8 ਵਜੇ ਖੇਡਿਆ ਜਾਵੇਗਾ ਤੇ ਸੇਮ ਟਾਈਮਿੰਗ ਰਹੇਗੀ ਇਹ ਦੋ ਮੈਚਾਂ ਦੀ ਤੇ ਤੀਸਰੇ ਮੈਚ ਯਾਨੀ ਕਿ ਭਾਰਤ ਦੇ ਨਾਲ ਜਿਹੜਾ ਅਮਰੀਕਾ ਦਾ ਮੈਚ ਹੈ 12 ਜੂਨ ਨੂੰ ਉਹ ਵੀ ਨਿਊਯਾਰਕ ਦੇ ਵਿੱਚ ਰਾਤ 8 ਵਜੇ ਖੇਡਿਆ ਜਾਵੇਗਾ ਤੇ ਇਸ ਤੋਂ ਇਲਾਵਾ ਜਿਹੜਾ ਕੈਨੇਡਾ ਦੇ ਨਾਲ ਭਾਰਤ ਦਾ ਮੈਚ ਹੈ ਉਹ 15 ਜੂਨ ਨੂੰ ਲਾਰਡ ਹਿੱਲ ਦੇ ਵਿੱਚ ਰਾਤ 8 ਵਜੇ ਵੇਖਿਆ ਜਾਵੇਗਾ। ਤਾਂ ਹੁਣ ਵੇਖਣਾ ਇਹ ਹੋਵੇਗਾ ਕਿ ਕਿਸ ਦੇ ਸਿਰ ਦੇ ਉੱਤੇ ਸਜੇਗਾ T20 ਵਿਸ਼ਵ ਕੱਪ 2024 ਦਾ ਖਿਤਾਬ।